ਸਤਿ ਸ਼੍ਰੀ ਅਕਾਲ ਦੋਸਤੋ ਇੱਕ ਵੇ ਤੁਹਾਡਾ ਫਿਰ ਤੋਂ ਬਹੁਤ ਬਹੁਤ ਸਵਾਗਤ ਹੈ ਜੀ ਟੂਡੇ ਪੰਜਾਬ న్యూਸ ਚੈਨਲ ਤੇ ਮੈਂ ਹਾਂ ਤਰਸੇਮ ਸਿੰਘ ਮਠਾੜੂ ਲੈ ਕੇ ਹਾਜ਼ਰ ਹੋਏ ਹਾਂ ਜੀ ਅੱਜ ਦੇ ਦਿਨ ਦੀਆਂ ਸਵੇਰ ਦੀਆਂ ਤਾਜ਼ਾ ਤਰੀਨ ਵੱਡੀਆਂ ਖਬਰਾਂ ਦੋਸਤੋ ਇਹਨਾਂ ਖਬਰਾਂ ਨੂੰ ਸ਼ੁਰੂ ਕਰਤੋਂ ਪਹਿਲੇ ਇੱਕ ਵਾਰੀ ਨਜ਼ਰ ਮਾਰਦੇ ਹਾਂ ਝੋਣਵੀਆਂ ਖਬਰਾਂ ਤੇ ਪਹਿਲੀ ਝੋਣਵੀਂ ਖਬਰ ਹੈ ਕਿ ਮਨਕੀਰਤ ਔਲਖ ਦੇ ਗੰਨਮੈਣ ਸਣੇ ਦੋ ਕਾਂਸਟੇਬਲ ਗ੍ਰਿਫਤਾਰ ਨਸ਼ੇੜੀਆਂ ਨੂੰ ਬਲੈਕਮੇਲ ਕਰ ਵਸੂਲਦੇ ਸਨ ਪੈਸੇ ਐ ਸੀਐਮ ਆਨ ਦੇ ਵਿਆਹ ਮੌਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਲਕੀ ਦੀ ਚੈਕਿੰ ਵਿਜੀਲੈਂਸ ਨੇ ਰਿਸ਼ਵਤ ਦੇ ਦੋਸ਼ ਹੇਠ ਆਈਐਫਐਸ ਅਫਸਰ ਨੂੰ ਕੀਤਾ ਗ੍ਰਿਫਤਾਰ ਸਰਕਾਰੀ ਅਧਿਕਾਰੀਆਂ ਦੀਆਂ ਬਦਲੀਆਂ ਨੂੰ ਲੈ ਕੇ ਸਮਾਂ ਸੀਮਾ 15 ਜੁਲਾਈ ਤੱਕ ਵਧਾਈ ਗਈ ਕਰਮਜੀਤ ਬੈਸ ਨੂੰ 14 ਦਿਨਾਂ ਦੇ ਜੁਡੀਸ਼ੀਅਲ ਰਿਮਾਂਡ ਤੇ ਭੇਜਿਆ ਸਾਬਕਾ ਵਾਇਕ ਸਿਮਜੀਤ ਬੈਸ ਦੀ ਪਾਲ ਚ ਛਾਪੇ ਮਾਰੀ ਹੁਣ ਬਜ਼ੁਰਗਾਂ ਨੂੰ ਕਰ ਬੈਠੇ ਹੀ ਮਿਲਣ ਗਿਆ ਸਸਤੀਆਂ ਤੇ ਵਧੀਆ ਮੈਡੀਕਲ ਸੇਵਾਵਾਂ ਕੇਂਦਰ ਨੇ ਲਿਆਂਦੀ ਪੀਐਮ ਸਪੈਸ਼ਲ ਸਕੀਮ 1 ਲੱਖ ਲੋਕਾਂ ਨੂੰ ਮਿਲੇਗਾ ਰੋਜ਼ਗਾਰ ਹੋ ਵਾਤਾਵਰਣ ਲਈ ਐਸਜੀਪੀ ਦਾ ਵੱਡਾ ਫੈਸਲਾ ਬੁਰਦਵਾਰਿਆਂ ਦੇ ਨਾਲ ਲੱਗਦੀ ਇੱਕ ਇੱਕ ਏਕੜ ਜ਼ਮੀਨ ਤੇ ਲਾਇਆ ਜਾਵੇਗਾ ਜੰਗਲ ਪੰਜਾਬ ਸਰਕਾਰ ਦਾ ਵੱਡਾ ਫੈਸਲਾ 20 ਦਸੰਬਰ 2021 ਤੱਕ ਦੇ ਸਾਰੇ ਬਿਜਲੀ ਬਿੱਲ ਮਾਫ 28.10 ਲੱਖ ਕਰਜ਼ੇ ਖਪਤਕਾਰਾਂ ਨੂੰ ਰਾਹਤ ਮੁਸਲਿਮਾਂ ਬੱਚੇ ਦੀ ਸਰਪ੍ਰਸਤ ਨਹੀਂ ਹੋ ਸਕਦੀ ਦੇਖੋ ਕਿਵੇਂ ਕੇਰਲ ਹਾਈ ਕੋਰਟ ਨੇ ਐਸਸੀ ਦੇ ਪਿਛਲੇ ਫੈਸਲੇ ਕਾਰਨ ਸਰਿਆ ਨੂੰ ਰੱਖਿਆ ਸੰਵਿਧਾਨ ਤੋਂ ਉੱਪਰ ਪਰਦਾਨਮਾ ਤੇ ਕਿਸਾਨੀ ਹੋਣਾਂ ਨੂੰ ਲਾਭ ਪਾਤਿਆਂ ਲਈ ਅਹਿਮ ਖਬਰ ਇਸ ਤਰੀਕ ਨੂੰ ਬੈਂਕ ਖਾਤੇ ਵਿੱਚ ਆਉਣਗੇ 12ਵੀਂ ਕਿਸ਼ਤ ਦੇ ਪੈਸੇ ਜਾਣੋ ਪੰਜਾਬ ਚ ਕਿਸ ਦਿਨ ਪਵੇਗਾ ਮੀਂਹ ਦੇਜੇਨਾ ਹਿੱਸਿਆਂ 'ਚ ਭਾਰੀ ਬਾਰਿਸ਼ ਦੀ ਚੇਤਾਵਨੀ ਬੇਅਦਬੀ ਮਾਮਲੇ ਤੇ ਆਇਆ ਵੱਡਾ ਫੈਸਲਾ ਅਦਾਲਤ ਨੇ ਤਿੰਨ ਡੇਰਾ ਪ੍ਰੇਮੀ ਨੂੰ ਦੋਸ਼ੀ ਕਰਾਰ ਦਿੱਤਾ ਤਾ ਦੋਸਤੋ 에 ਸਿੰਘ ਆਪਕੀ ਅਸਵੇਰੇ ਦੀਆਂ ਚੋਣਵੀਆਂ ਖਬਰਾਂ ਹੁਣ ਗੱਲਬਾਤ ਕਰਦੇ ਆਂ ਜਿੰਨਾਂ ਖਬਰਾਂ ਦੀ ਵਿਸਤਾਰ ਨਾਲ ਪਹਿਲੀ ਵੱਡੀ ਖਬਰ ਹੈ ਜੀ ਕਿ ਮਨਕੀਰਤ ਔਲਖ ਦੇ ਗਰਮੈਂਟ ਸਣੀ ਦੋ ਕਾਂਸਟੇਬਲ ਗ੍ਰਿਫਤਾਰ ਨਸ਼ੇੜੀਆਂ ਨੂੰ ਬਲੈਕਮੇਲ ਕਰ ਵਸੂਲਦੇ ਸਨ ਪੈਸੇ ਪੰਜਾਬ ਪੁਲਿਸ ਦੀ ਨਸ਼ਾ ਵਿਰੋਧੀ ਸਪੈਸ਼ਲ ਟਾਸਕ ਫੋਰਸ ਐਸਟੀਐਫ ਬਹਾਲੀ ਨੇ ਇੱਕ ਆਪਰੇਸ਼ਨ ਦੌਰਾਨ ਵੱਡੀ ਕਾਮਯਾਬੀ ਹਾਸਲ ਕੀਤੀ ਹੈ ਐਸਟੀਐਫ ਨੇ ਦੋ ਪੁਲਿਸ ਕਾਂਸਟੇਬਲਾਂ ਨੂੰ 5 ਗ੍ਰਾਮ ਹੈਰੋਇਨ ਸਣੇ ਗ੍ਰਿਫਤਾਰ ਕਰਕੇ ਉਹਨਾਂ ਕੋਲੋਂ 19000 ਰੁਪਏ ਦੀ ਨਕਦੀ ਬਰਾਮਦ ਕੀਤੀ ਦੋਵਾਂ ਨੇ ਇਕੱਠੇ ਤੌਰ ਤੇ ਨਸ਼ੇੜੀ ਬੰਦੇ ਤੋਂ ਇਹ ਪੈਸੇ ਵਸੂਲੇ ਸਨ ਪੁਲਿਸ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਕਾਂਸਟੇਬਲਾਂ ਵਿੱਚੋਂ ਇੱਕ ਪੰਜਾਬੀ ਗਾਇਕ ਮਨਕੀਰ ਤੌਲਖ ਦਾ ਗੰਨਮੈਨ ਫੜੇ ਗਏ ਵਿਅਕਤੀਆਂ ਦੀ ਪਛਾਣ ਥਾਣਾ ਮੋਟਰਵੇਖੇ ਤਾਇਨਾਤ ਕਾਂਸਟੇਬਲ ਗੁਰ ਇਕਬਾਲ ਸਿੰਘ ਦੇ ਗੁਰ ਇਕਬਾਲ ਸਿੰਘ ਅਤੇ ਸੀਨੀਅਰ ਕਾਂਸਟੇਬਲ ਦਲਵੀਰ ਸਿੰਘ ਵੱਜੋਂ ਹੋਈ ਹੈ ਇਹਨਾਂ ਵਿੱਚ ਦੋ ਅਣਪਛਾਤੇ ਵਿਅਕਤੀ ਵੀ ਸ਼ਾਮਲ ਹਨ ਐਸਟੀਐਫ ਦੇ ਉਪ ਪੁਲਿਸ ਕਪਤਾਨ ਰਜੇਸ਼ ਕੁਮਾਰ ਨੇ ਦੱਸਿਆ ਕਿ ਮਲਜ਼ਮਾਂ ਖਿਲਾਫ ਐਨਡੀਪੀਐਸ ਐਕਟ ਆਈਪੀਸੀ ਅਤੇ ਭ੍ਰਿਸ਼ਟਾਚਾਰ ਰੋਕੂ ਐਕਟ ਦੀਆਂ ਸਬੰਧਤ ਧਰਾਵਾਂ ਤਹਿਤ ਕੇਸ ਦਰਜ ਕਰ ਲਿਆ ਗਿਆ ਦੱਸਿਆ ਜਾ ਰਿਹਾ ਹੈ ਕਿ ਦੋਵੇਂ ਪੁਲਿਸ ਮੁਲਾਜ਼ਮ ਐਸਟੀਐਫ ਦੇ ਨਾਂ ਤੇ ਨਸ਼ੇੜੀਆਂ ਨੂੰ ਛਡਾ ਦੇ ਨਾਂ ਤੇ ਪੈਸੇ ਵਸੂਲਦੇ ਸਨ ਅੱਜ ਇੱਕ ਨਸ਼ੇੜੀ ਤੋਂ 5 ਗ੍ਰਾਮ ਨਸ਼ਾ ਮਿਲਣ ਤੇ ਉਸ ਨੂੰ ਪੈਸੇ ਦੇਣ ਲਈ ਬਲੈਕਮੇਲ ਕਰਕੇ 19000 ਰੁਪਏ ਤੇ 5 ਗ੍ਰਾਮ ਸਮੈਕ ਲੈ ਲਈ। ਆ ਸੀਐਮ ਆ ਦੇ ਵਿਆਹ ਮੌਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਲਕੀ ਦੀ ਚੈਕਿੰਗ ਬਲਟੋਹਾ ਬੋਲੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਹੋਇਆ ਕੋਰ ਅਪਮਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਕੱਲ ਵਿਆਹ ਮੌਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਲਕੀ ਦੀ ਚੈਕਿੰਗ ਕੀਤੀ ਗਈ ਜਿਸ ਨੂੰ ਲੈ ਕੇ ਵਿਰੋਧੀ ਧਿਰਾਂ ਨੇ ਵੀ ਅਸਦੀ ਨਿੰਦਾ ਕੀਤੀ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਅਗੋ ਬੇਸ ਸਿੰਘ ਬਲਟੋਹਾ ਨੇ ਕੁਝ ਤਸਵੀਰਾਂ ਸ਼ਿਰਕਾ ਕਰਦੇ ਲਿਖਿਆ ਕਿ ਸ਼ਾਦੀ ਦੀਆਂ ਬਹੁਤ-ਬਹੁਤ ਮੁਬਾਰਕਾਂ ਪਰ ਮੁੱਖ ਮੰਤਰੀ ਦੇ ਵਿਆਹ ਮੌਕੇ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਘੋਰ ਅਪ ਨਰਾਦਰ ਬੇਅਦਬੀ ਦਾ ਅਤੇ ਅਪਮਾਨ ਹੋਇਆ ਹੈ ਇਹ ਸਭ ਇੱਕ ਸਿੱਖ ਵਾਸਤੇ ਬਰਦਾਸ਼ਤ ਤੋਂ ਬਾਹਰ ਹੈ ਉਹਨਾਂ ਕਿਹਾ ਕਿ ਅੱਜ ਮੁੱਖ ਮੰਤਰੀ ਨਿਵਾਸ ਦੇ ਗੇਟ ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਦੀ ਤਲਾਸ਼ੀ ਇਸ ਤਰ੍ਹਾਂ ਲਈ ਗਈ ਜਿਵੇਂ ਕੋਈ ਆਮ ਫਰਿਆਦੀ ਆਪਣੀ ਅਰਜੀ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਜੀ ਦੇ ਸામਨੇ ਪੇਸ਼ ਹੋਣ ਵਾਸਤੇ ਆਏ ਹੋਏ ਪੁਲਸਵਾਲ ਨਰਾਦਰ ਭਰੇ ਤਰੀਕੇ ਨਾਲ ਜੁੱਤੀਆਂ ਪਾ ਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਲਕੀ ਸਾਹਿਬ ਦੀ ਤਲਾਸ਼ੀ ਲਈ ਗਈ ਪਾਲਕੀ ਸਹਿਬ ਨੂੰ ਸਧਾਰਨ ਵਿਅਕਤੀ ਵਾਂਗ ਕਾਫੀ ਸਮਾਂ ਗੇਟ ਤੇ ਰੋਕੀ ਰੱਖਿਆ ਗਿਆ ਬਲਤੋਹਣ ਨੇ ਕਿਹਾ ਕਿ ਚਾਹੀਦਾ ਤਾਂ ਐਸ ਸੀ ਕਿ ਮੁੱਖ ਮੰਤਰੀ ਦਾ ਪਰਿਵਾਰ ਸਮੁੱਚੀ ਸੀਐਮ ਸਿਕਿਉਰਿਟੀ ਦੇ ਨਾਲ ਜੁੱਤੀਆਂ ਉਤਾਰ ਕੇ ਸੇਟਾ ਕੇ ਹੱਥਾਂ 'ਚ ਫੁੱਲ ਲੈ ਕੇ ਗੇਟ ਖੋਲ ਕੇ ਗੇਟ ਤੇ ਹੀ ਕਰੋਤੇ ਹੁੰਦੇ ਪਰ ਦੁੱਖ ਹੈ ਕਿ ਅਜਿਹਾ ਨਹੀਂ ਹੋਇਆ ਸਗੋ ਜਿਹਾ ਕੀਤਾ ਗਿਆ ਜਿਵੇਂ ਮੁੱਖ ਮੰਤਰੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਉੱਪਰ ਹੋਵੇ ਪਤਾ ਨਹੀਂ ਉਹ ਪੰਥਕ ਅੱਜ ਕਿਉਂ ਨਹੀਂ ਬੋਲੇ ਜਿਨ੍ਹਾਂ ਦਾ ਆਮ ਹੀ ਹਿਰਦਾ ਵਲੋਂਦਰਾ ਜਾਣਦੇ ਕਿ ਇਸ ਬੇਅਦਬੀ ਲਈ ਜਥੇ ਦਾ ਸ਼੍ਰੀ ਅਕਾਲ ਤਖਤ ਸਹਿਬ ਕੋਈ ਕਾਰਵਾਈ ਕਰਨਗੇ ਵਿਜੀਲੈਂਸ ਨੇ ਰਿਸ਼ਵਤ ਦੇ ਦੋਸ਼ ਹੇਠ ਆਈਐਫਐਸ ਅਫਸਰ ਕੀਤਾ ਗ੍ਰਿਫਤਾਰ ਪੰਜਾਬ ਜਿਲ੍ਹਾ ਸਬੀਰੋ ਨੇ ਕੱਲ ਪੰਜਾਬ ਦੇ ਬਨਪਾਲ ਜੋਇਨਾ ਵਿਸ਼ਾਲ ਚੋਹਾਨ ਆਈਐਫਐਸ ਨੂੰ ਮੁਕੱਦਮਾ ਨੰਬਰ 6 ਮਿਤੀ 2 6 2022 ਜੁਰਮ ਅਧੀਨ ਭ੍ਰਿਸ਼ਟਾਚਾਰ ਰੋਕੂ ਕਰਨੋਂ ਦੀ ਧਾਰਾ 7 ਅਤੇ 7ਏ ਤੋਂ ਇਲਾਵਾ ਆਈਪੀਐਸਸੀ ਦੀ ਧਾਰਾ 120 ਬੀ ਤਹਿਤ ਦਰਜ ਬਕਰਨ ਵਿੱਚ ਨਾਮ ਦਰਜ ਕਰਨ ਉਪਰੰਤ ਗ੍ਰਫਤਾਰ ਕਰ ਲਿਆ ਗਿਆ ਤੇ ਇਸ ਸਬੰਧੀ ਕਲੇਰੀ ਕਾਰਵਾਈ ਜਾਰੀ ਹੈ ਤੇ ਅੱਜ ਕੱਲ ਇੱਥੇ ਇਸ ਸਬੰਧੀ ਜਾਣਕਾਰੀ ਦਿੰਦੇ ਆ ਪੰਜਾਬ ਜਿਲ੍ਹਾ ਸਬੀਰੋ ਦੇ ਬੁਲਾਰੀ ਨੇ ਦੱਸਿਆ ਕਿ ਮੁਕਾਦਮਾ ਨੰਬਰ 6 ਮਿਤੀ 2006 2 26 2022 ਤਹਿਤ ਪਹਿਲਾਂ ਹੀ ਗ੍ਰਫਤਾਰ ਵਾਰ ਮੰਡਲ ਅਫਸਰ ਮੋਹਾਲੀ ਗੁਰ ਅਮਨਪ੍ਰੀਤ ਸਿੰਘ ਅਤੇ ਠੇਕੇਦਾਰ ਹਰਮਿੰਦਰ ਸਿੰਘ ਸਿੰਘ ਉਰਫ ਹਮੀ ਤੋਂ ਕੀਤੀ ਪੁੱਛਗਿੱਛ ਤੇ ਇਸ ਸਬੰਧੀ ਕੀਤੀ ਗਹਿਣ ਤਫ਼ਤੀਸ਼ ਦੌਰਾਨ ਉਜਾਗਰ ਹੋਏ ਘਟਨਾਕ੍ਰਮ ਅਤੀ ਜ਼ੁਬਾਨੀ ਬਾ ਦਸਤਾਵੇਜੀ ਸ਼ਹਾਦਤ ਨੂੰ ਮੁੱਖ ਰੱਖਦਿਆਂ ਹਨਪਾਲ ਵਿਸ਼ਾਲ ਚੋਹਾਨ ਆਈਐਫਐਸ ਨੂੰ ਗ੍ਰਿਫਤਾਰ ਕੀਤਾ ਕਿਉਂਕਿ ਓਕਰ ਦੋਹਾਂ ਦੋਸ਼ੀਆਂ ਨਾਲ ਹਮ ਹਮਸਲਾ ਹੋ ਕੇ ਮਿਲੀ ਭੁਗਤਾਨੀ ਕਲੋਨਾਈਜ਼ਰ ਦਵਿੰਦਰ ਸਿੰਘ ਸੰਧੂ ਦੀ ਕੰਪਨੀ ਪਾਸੋਂ ਮੋਟੀ ਰਿਸ਼ਵਤ ਹਾਸਲ ਕਰਨ ਦੇ ਮਤਲਬ ਨਾਲ ਪਹਿਲਾਂ ਉਸ ਵਿਰੋਧਾ ਸਰਕਾਰੀ ਕਾਰਵਾਈ ਦਾ ਡਰਾਵਾ ਦੇ ਕੇ ਦੋਸ਼ੀਆਂ ਇਹ ਗੋਰ ਅਮਨਪ੍ਰੀਤ ਸੰਘਾ ਤੇ ਹੰਮੀ ਰਹੀ ਰਿਸ਼ਵਤੀ ਸੈਟਿੰਗ ਕਰਨ ਵਿੱਚ ਉਸ ਦੀ ਸਿੱਧੀ ਭੂਮਿਕਾ ਜਾਹਰ ਹੋਈ ਹੈ ਜਿਸ ਕਰਕੇ ਸਾਮਨੇ ਆਈ ਸ਼ਹਾਦਤ ਦੇ ਆਧਾਰ ਉੱਤੇ ਵਿਸ਼ਾਲ ਚੋਹਾਨ ਨੂੰ ਦੋਸ਼ੀ ਨਾਮਜ਼ਦ ਕਰਨ ਉਪਰੰਤ ਗ੍ਰਿਫਤਾਰ ਕਰਕੇ ਅਗਲੀ ਰਿਤਾਫਤਿਸ਼ ਅਮਲ ਵਿੱਚ ਲਿਆਂਦੀ ਜਾ ਰਹੀ ਹੈ ਸਰਕਾਰੀ ਅਧਿਕਾਰੀਆਂ ਦੀਆਂ ਬਦਲੀਆਂ ਨੂੰ ਲੈ ਕੇ ਸਮਾਂ ਸੀਮਾ 15 ਜੁਲਾਈ ਤੱਕ ਵਧਾਈ ਗਈ ਜੀ ਹਾਂ ਦੋਸਤੋ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਪ ਸਰਕਾਰ ਵੱਲੋਂ ਸਰਕਾਰੀ ਅਧਿਕਾਰੀਆਂ ਕਰਮਚਾਰੀਆਂ ਦੀਆਂ ਆਮ ਬਦਲੀਆਂ ਤੇ ਤਨਖਾਹਾਂ ਦੀਆਂ ਸਮਾ ਸੀਮਾ ਨੂੰ ਲੈ ਕੇ ਹਦਾਇਤਾਂ ਜਾਰੀ ਕੀਤੀਆਂ ਗਈਆਂ ਨੇ ਜੀ ਸੂਬੇ ਦੇ ਵਿਭਾਗਾਂ ਦਾਰਿਆਂ ਵਿੱਚ ਸਰਕਾਰੀ ਅਧਿਕਾਰੀਆਂ ਕਰਮਚਾਰੀਆਂ ਦੀਆਂ ਆਮ ਬਦਲੀਆਂ ਤੇ ਤਾਇਨਾਤੀਆਂ ਕਰਨ ਦਾ ਸਮਾ 11 ਅਪ੍ਰੈਲ 2022 ਤੋਂ ਮਿਤੀ 31 ਮਈ 2022 ਤੱਕ ਰੱਖਿਆ ਗਿਆ ਜੋ ਕਿ 1 ਜੂਨ ਨੂੰ ਜਾਰੀ ਪੱਤਰ ਨੰਬਰ 71201 ਤੇ ਆਈ ਪੀਪ 2219 ਰਹੀ ਮਿਤੀ 30 ਜੂਨ 2022 ਤੱਕ ਘੜ ਦਿੱਤਾ ਗਿਆ ਕਰਮਜੀਤ ਬੈਸ ਨੂੰ 14 ਦਿਨਾਂ ਦੇ ਜੁਡੀਸ਼ੀਅਲ ਰਿਮਾਂਡ ਤੇ ਭੇਜਿਆ ਸਾਬਕਾ ਵਿਧਾਇਕ ਸਿਮਰਜੀਤ ਬੈਂਸ ਦੀ ਪਾਲ ਚ ਛਾਪੇ ਮਾਰੀ ਜਬਤਨਾਮਾ ਮਾਮਲੇ ਚ ਪਕੌੜੇ ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਖਿਲਾਫ ਕਾਰਵਾਈ ਜਿਹੜੀ ਸ਼ੁਰੂ ਹੋ ਗਈ ਹੈ ਜੀ ਅਦਾਲਤ ਨੇ ਬੈਂਸ ਦੇ ਭਰਾ ਕਰਮਜੀਤ ਸਿੰਘ ਨੂੰ ਵੀਰਵਾਰ ਨੂੰ 14 ਦਿਨਾਂ ਦੇ ਜੁਡੀਸ਼ੀਅਲ ਰਿਮਾਂਡ ਤੇ ਭੇਜ ਦਿੱਤਾ ਹੈ ਤੇ ਥਾਣਾ ਡਿਵੀਜ਼ਨ ਨੰਬਰ 6 ਦੀ ਪੁਲਿਸ ਨੇ ਕਰਮਜੀਤ ਸਿੰਘ ਬੈਸ ਦਾ 1 ਦਿਨ ਦਾ ਪੁਲਿਸ ਰਿਮਾਂਡ ਮੰਗਿਆ ਸੀ ਪੁਲਿਸ ਨੇ ਅਦਾਲਤ ਨੂੰ ਦੱਸਿਆ ਸੀ ਕਿ ਮੋਬਾਈਲ ਅਜੇ ਤੱਕ ਨਹੀਂ ਮਿਲਿਆ ਤੇ ਉਹਨਾਂ ਨੂੰ ਮੋਬਾਈਲ ਬਰਾਮਦ ਕਰਨ ਲਈ 1 ਦਿਨ ਦਾ ਹੋਰ ਪੁਲਿਸ ਰਿਮਾਂਡ ਚਾਹੀਦਾ ਜਿਸ ਨੂੰ ਦਰਕਨਾਰ ਕਰਦੇ ਅਦਾਲਤ ਨੇ ਕਰਮਜੀਤ ਸਿੰਘ ਨੂੰ 14 ਦਿਨਾਂ ਲਈ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਹੈ ਹੁਣ ਬਜ਼ੁਰਗਾਂ ਨੂੰ ਘਰ ਬੈਠੇ ਮਿਲਣਗੀਆਂ ਸਸhtੀਆਂ ਤੇ ਵਧੀਆ ਮੈਡੀਕਲ ਸੇਵਾਵਾਂ ਕੇਂਦਰ ਨੇ ਲਿਆਂਦੀ ਪੀਐਮ ਸਪੈਸ਼ਲ ਸਕੀਮ 1 ਲੱਖ ਲੋਕਾਂ ਨੂੰ ਮਿਲੇਗਾ ਰੋਜ਼ਗਾਰ ਕੇਂਦਰ ਸਰਕਾਰ ਬਜ਼ੁਰਗਾਂ ਨੂੰ ਘਰ ਵਿੱਚ ਸਸhtੀ ਡਾਕਟਰੀ ਦੇਖਪਾਲ ਮਹੱਈਆ ਕਰਵਾਉਣ ਦੇ ਨਵੀਂ ਯੋਜਨਾ ਪੀਐਮ ਸਪੈਸ਼ਲ ਸ਼ੁਰੂ ਕਰਨ ਜਾ ਰਹੀ ਹੈ ਕੇਂਦਰ ਸਰਕਾਰ ਦੀ ਯੋਜਨਾ ਤਹਿਤ ਅਗਲੇ 3 ਸਾਲਾਂ ਚ 1 ਲੱਖ ਆਸ਼ਰਮ ਵਿੱਚ ਬਜ਼ੁਰਗਾਂ ਦੇ ਦੇਖਭਾਲ ਕਰਨ ਵਾਲੇ ਜੈਰੀਐਟ੍ਰਿਕਸ ਨੁਸਖਿਲਾਈ ਦੇਣ ਦੀ ਜੋਨ ਹੈ ਤੇ ਜੈਰੀਐਟ੍ਰਿਕਸ ਸਿਹਤ ਦਾ ਉਹ ਖੇਤਰ ਹੈ ਜੋ ਬਜ਼ੁਰਗ ਲੋਕਾਂ ਦੀ ਸਿਹਤ ਸੰਭਾਲ ਤੇ ਕੇਂਦਰਿਤ ਹੈ ਕੇਂਦਰੀ ਸਮਾਜਿਕ ਨਿਆਂ ਤੇ ਵਿਕਾਸ ਮੰਤਰਾਲੇ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਵਿਭਾਗ ਵੱਲੋਂ ਇੱਕ ਹਫ਼ਤੇ ਚ ਸਿਖਲਾਈ ਪ੍ਰੋਗਰਾਮ ਸ਼ੁਰੂ ਕੀਤੇ ਜਾਣ ਦੀ ਸੰਭਾਵਨਾ ਹੈ ਅਧਿਕਾਰੀ ਨੇ ਕਿਹਾ ਕਿ ਅਜਿਓਨ ਨਾਲ ਸੰਬੰਧਤ ਆਨਲਾਈਨ ਪੋਰਟਲ ਸਤੰਬਰ ਚ ਲਾਂਚ ਕੀਤਾ ਜਾਵੇਗਾ ਇਸ ਰਹੀ ਆਮ ਲੋਕਾਂ ਨੂੰ ਇਹ ਸਹੂਲਤ ਉਪਲਬਧ ਹੋਵੇ ਕਿ ਸਮਾਜਿਕ ਨਿਆਂ ਤੇ ਵਿਕਾਸ ਮੰਤਰਾਲੇ ਦੇ ਸਕੱਤਰ ਆਰ ਸਬ੍ਰਹਮਣੀਅਮ ਨੇ ਕਿਹਾ ਕਿ ਜੈਰੀਐਟ੍ਰਿਕਸ ਮਾਹਿਰਾਂ ਦੀਆਂ ਜ਼ਰੂਰਤਾਂ ਨੂੰ ਅਜੇ ਤੱਕ ਸਹੀ ਢੰਗ ਨਾਲ ਪੂਰਾ ਨਹੀਂ ਕੀਤਾ ਗਿਆ ਇੱਥੇ ਤਾਂ ਢੁਕਵੇਂ ਤੌਰ ਤੇ ਸਿਖਲਾਈ ਪ੍ਰਾਪਤ ਵਿਅਕਤੀ ਜਾਂ ਪੇਸ਼ੇਵਰ ਤੌਰ ਤੇ ਸਿਖਲਾਈ ਪ੍ਰਾਪਤ ਵਿਅਕਤੀ ਨਹੀਂ ਹਨ ਉਹਨਾਂ ਕਿਹਾ ਕਿ ਸੇਵਾ ਵੀ ਬਹੁਤ ਮਹਿੰਗੀ ਹੋ ਗਈ ਹੈ ਇੱਥੇ ਅਸੀਂ ਸਿਖਲਾਈ ਦੀ ਗੁਣਵੱਤਾ ਦੇ ਮਾਮਲੇ 'ਚ ਕੁਝ ਮਾਪਦੰਡ ਨਿਰਧਾਰਤ ਕਰਾਂਗੇ ਅਤੇ ਫੀਸ ਵੀ ਕਿਫਾਇਤੀ ਹੈ ਉਹ ਵਾਤਾਵਰਣ ਲਈ ਐਜੀਪੀਸੀ ਦਾ ਵੱਡਾ ਫੈਸਲਾ ਗੁਰਦੁਆਰਿਆਂ ਦੇ ਨਾਲ ਲੱਗਦੀ ਇੱਕ-ਇੱਕ ਜਮੀਨ ਤੇ ਲਾਇਆ ਜਾਵੇਗਾ ਜੰਗਲ ਹੈ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਪੰਜਾਬ ਸਰਕਾਰ ਵੱਲੋਂ ਮੱਤੇ ਵਾਲਾ ਜੰਗਲ ਨੂੰ ਬਰਬਾਦ ਕਰਕੇ ਇੰਡਸਟਰੀਅਲ ਪਾਰਕ ਬਣਾਉਣ ਦੇ ਫੈਸਲੇ ਦੀ ਵੀ ਸਖਤ ਨਖੇਦੀ ਕੀਤੀ ਉਹਨਾਂ ਨੇ ਕਿਹਾ ਕਿ ਆਂਤਰੀ ਕਮੇਟੀ ਦੀ ਇਸ ਦੀ ਸਖਤ ਵਿਰੋਧਤਾ ਕੀਤੀ ਹੈ ਤੇ ਪੰਜਾਬ ਸਰਕਾਰ ਨੂੰ ਇਹ ਫੈਸਲਾ ਤੁਰੰਤ ਵਾਪਸ ਲੈਣਾ ਚਾਹੀਦਾ ਉਹਨਾਂ ਨੇ ਕਿਹਾ ਕਿ ਵਾਤਾਵਰਣ ਦੀ ਸ਼ੁੱਧਤਾ ਮੌਜੂਦਾ ਸਮੇਂ ਦੀ ਵੱਡੀ ਲੋੜ ਹੈ ਜਿਸ ਨੂੰ ਦੇਖਦੇ ਸ਼੍ਰੋਮਣੀ ਕਮੇਟੀ ਵਾਤਾਵਰਨ ਮਹਿੰਮ ਅੱਗੇ ਤੋਰੇਗੀ ਇਸ ਤਹਤ ਇਤਿਹਾਸਿਕ ਗੁਰਦੁਆਰਿਆਂ ਵਿੱਚ ਜੰਗਲ ਲਗਾਏ ਜਾ ਰਹੇ ਨੇ ਜਿਸ ਨੂੰ ਹਰ ਗੁਰਦੁਆਰਾ ਸਾਹਿਬ ਅੰਦਰ ਇੱਕ-ਇੱਕ ਕਰਦਾ ਬਾਗ ਲਗਾਉਣ ਤੱਕ ਅੱਗੇ ਵਿਧਾਇਕ ਜਾਵੇਗਾ ਉਹਨਾਂ ਪੰਜਾਬ ਯੂਨੀਵਰਸਿਟੀ ਨੂੰ ਕੇਂਦਰੀ ਯੂਨੀਵਰਸਿਟੀ ਵਿੱਚ ਤਬਦੀਲ ਕਰਨ ਦੀ ਨਿੰਦਾ ਕੀਤੀ ਤੇ ਪੰਜਾਬ ਸਰਕਾਰ ਨੂੰ ਆਪਣੀ ਮੰਨਸ਼ਾ ਸਾਫ਼ ਕਰਨ ਲਈ ਆਖਿਆ ਹੈ ਪੰਜਾਬ ਸਰਕਾਰ ਦਾ ਵੱਡਾ ਫੈਸਲਾ 31 ਦਸੰਬਰ 2021 ਤੱਕ ਸਾਰੇ ਬਿਲੀ ਬਿੱਲ ਮਾਫ਼ 28.10 ਲੱਖ ਰੁਪਏ ਲੱਖ ਹਫ਼ਤਕਰਾਂ ਨੂੰ ਰਾਹਤ ਪੰਜਾਬ ਸਰਕਾਰ ਨੇ ਵੱਡਾ ਫੈਸਲਾ ਲਿਆ ਹੈ 31 ਦਸੰਬਰ 2021 ਤੱਕ ਦੇ ਸਾਰੇ ਘਰੇਲੂ ਖਪਤਕਾਰਾਂ ਦੇ ਬਕਾਇਆ ਬਿੱਲ ਮਾਫ ਕਰਨ ਦਾ ਐਲਾਨ ਕਰ ਦਿੱਤਾ ਹੈ ਜਿਸ ਨੂੰ ਬੁੱਧਵਾਰ ਹੋਈ ਕੈਬਨਿਟ ਮੀਟਿੰਗ ਵਿੱਚ ਹਰੀ ਛੱਡੇ ਦੇ ਦਿੱਤੀ ਗਈ ਹੈ ਤੇ ਇਹ ਉਹ ਬਕਾਇਆ ਬਿੱਲ ਹਨ ਜੋ ਤੀ ਜੂਨ 2022 ਤੱਕ ਅਦਾ ਨਹੀਂ ਹੋਏ ਸੂਬਾ ਸਰਕਾਰ ਨੇ ਇਸ ਕਦਮ ਨਾਲ ਕਰੀਬ 28 ਪਰ 10 ਲੱਖ ਘਰੇਲੂ ਖਪਤਕਾਰਾਂ ਨੂੰ ਕੁੱਲ 1298 ਕਰੋੜ ਰੁਪਏ ਦੀ ਰਾਹਤ ਦਿੱਤੀ ਹੈ ਦੱਸ ਦੇ ਕੇ ਪੰਜਾਬ ਕੈਬਨਿਟ ਵਿੱਚ 1 ਜੁਲਾਈ 2022 ਤੋਂ ਸੂਬੇ ਦੇ ਹਰੇਕ ਘਰ ਨੂੰ ਹਰੇਕ ਬਿੱਲ ਤੇ 600 ਯੂਨਿਟ ਮੁxtਬਈਲੇ ਦੇਣ ਦੇ ਫੈਸਲੇ ਨੂੰ ਪ੍ਰਵਾਨਗੀ ਦੇ ਦਿੱਤੀ ਗਈ ਹੈ ਇਸ ਦੇ ਨਾਲ ਹੀ 31 ਦਸੰਬਰ 2021 ਤੱਕ ਦੇ ਖੜੇ ਬਕਾਏ ਜਿਨ੍ਹਾਂ ਦਾ 30 ਜੂਨ 2022 ਤੱਕ ਭੁਗਤਾਨ ਨਹੀਂ ਕੀਤਾ ਗਿਆ ਉਹ ਮਾਫ ਕਰ ਲਈ ਵੀ ਹਰੀ ਝੰਡੀ ਦੇ ਦਿੱਤੀ ਗਈ ਹੈ ਆ ਮੁਸਲਿਮ ਮਾਂ ਦੇ ਬੱਚੇ ਦੀ ਸਰਪ੍ਰਸਤ ਨਹੀਂ ਹੋ ਸਕਦੀ ਆ ਦੇਖੋ ਕਿਵੇਂ ਕੇਰਲ ਹਾਈ ਕੋਰਟ ਨੇ ਸੁਪਰੀਮ ਕੋਰਟ ਦੇ ਫੈਸਲੇਕਾਰ ਨਾ ਸ਼ਰੀਆ ਨੂੰ ਰੱਖਿਆ ਸੰਵਿਧਾਨ ਤੋਂ ਪਰ ਦੋਸਤੋ ਕੇਰਲ ਹਾਈ ਕੋਰਟ ਨੇ ਬਤਵਾਰ ਨੂੰ ਕਿਹਾ ਕਿ ਇੱਕ ਮੁਸਲਿਮ ਔਰਤ ਆਪਣੇ ਨਾਬਾਲਗ ਬੱਚੇ ਅਤੇ ਜਾਇਦਾਦ ਦੀ ਰਖਵਾਲੀ ਨਹੀਂ ਹੋ ਸਕਦੀ ਕਿਉਂਕਿ ਸੁਪਰੀਮ ਕੋਰਟ ਪਹਿਲਾਂ ਹੀ ਉਦਾਹਰਨ ਦੇ ਚੁੱਕੀ ਹੈ ਹਾਲਾਂਕਿ ਕੁਰਾਨ ਜਾਂ ਹਦੀਸ ਵਿੱਚ ਮੁਸਲਿਮ ਔਰਤ ਤੇ ਬੱਚੇ ਦੇ ਸਰਪ੍ਰਸਤ ਹੋਣ ਦੇ ਅਧਿਕਾਰ ਤੇ ਕੋਈ ਰੋਕ ਨਹੀਂ ਹੈ ਅਦਾਲਤ ਨੇ ਕਿਹਾ ਕਿ ਉਹ ਸੰਵਿਧਾਨ ਦੀ ਧਾਰਾ 141 ਦੇ ਤਹਿਤ ਸੁਪਰੀਮ ਕੋਰਟ ਦੁਆਰਾ ਵਿਖਾਇਆ ਦੁਆਰਾ ਵਿਆਖਿਆ ਕੀਤੇ ਗਏ ਕਾਨੂੰਨ ਦੀ ਪਾਲਣਾ ਕਰਨ ਲਈ ਪਾਬੰਦ ਹੈ ਰਿਪੋਰਟ ਅਨੁਸਾਰ ਜਸਟਿਸ ਪੀਬੀ சுரேਸ਼ ਕੁਮਾਰ ਅਤੇ ਜਸਟਿਸ ਸੀਐਮ ਸੋਦਾਦੀ ਡਿਵੀਜ਼ਨ ਬੈਂਚ ਨੇ ਦੇਖਿਆ ਕਿ ਮੁਸਲਿਮ ਔਰਤ ਨੂੰ ਸਰਪ੍ਰਸਤ ਬਣਨ ਤੋਂ ਰੋਕਣ ਵਾਲੇ ਕਾਨੂੰਨ ਨੂੰ ਸੰਵਿਧਾਨ ਦੀ ਅਨੁਛੇਦ 14 ਅਤੇ 15 ਦੀ ਉਲੰਘਣਾ ਮੰਨਿਆ ਜਾ ਸਕਦਾ ਹੈ ਅਤੇ ਇਸ ਲਈ ਇਹ ਰਾਦੇ ਪਰ ਹਾਈ ਕੋਰਟ ਨੇ ਨਹੀਂ ਲਿਆ ਜਾ ਸਕਦਾ ਕਿਉਂਕਿ ਇਸ ਖਰ ਲਈ ਅਦਾਲਤ ਦੁਆਰਾ ਨਿਰਦਾਤ ਕੀਤੀ ਗਈ ਉਦਾਹਰਨ ਦੁਆਰਾ ਪਾਬੰਦ ਹੈ ਪਰਧਾਨਮਤੀ ਕਿਸਾਨ ਯੋਜਨਾ ਦੇ ਲਾਭਪਾਤਿਆਂ ਲਈ ਅਹਿਮ ਖਬਰ ਇਸ ਤਰੀਕ ਨੂੰ ਬੈਂਕ ਖਾਤੇ ਵਿੱਚ ਆਉਣਗੀ 12ਵੀਂ ਕਿਸ਼ਤ ਦੇ ਪੈਸੇ ਜੇ ਹਾਂ ਦੋਸਤੋ ਪ੍ਰਧਾਨਮਤੀ ਕਿਸਾਨ ਸਨਮਾਨੀ ਯੋਜਨਾ ਦੇ ਤਹਿਤ ਕੇਂਦਰ ਸਰਕਾਰ ਕਿਸਾਨਾਂ ਦੇ ਖਾਤੇ ਵਿੱਚ 2000 ਰੁਪਏ ਦੀ ਅਗਲੀ ਕਿਸ਼ਤ ਟਰਾਂਸਫਰ ਕਰ ਸਕਦੀ ਹੈ ਜੀ ਜੇਕਰ ਤੁਸੀਂ ਵੀ 12ਵੀਂ ਕਿਸ਼ਤ ਦਾ ਇੰਤਜ਼ਾਰ ਕਰ ਰਹੇ ਹੋ ਤਾਂ ਤੁਹਾਡੇ ਲਈ ਇਹ ਅਹਿਮ ਖਬਰ ਹੈ ਪ੍ਰਧਾਨਮਤੀ ਕਿਸਾਨ ਯੋਜਨਾ ਦੇ 12ਵੀਂ ਕਿਸ਼ਤ ਕਿਸਾਨਾਂ ਦੇ ਬੈਂਕ ਖਾਤੇ ਵਿੱਚ ਕਦੋਂ ਟਰਾਂਸਫਰ ਕੀਤੀ ਜਾਵੇਗੀ ਇਸ ਦੀ ਜਾਣਕਾਰੀ ਸੂਤਰਾਂ ਦੇ ਹਵਾਲੇ ਨਾਲ ਸਾਹਮਣੇ ਆਈ ਹੈ ਜੇਕਰ ਤੁਸੀਂ ਵੀ ਪ੍ਰਧਾਨ ਮੰਤਰੀ ਕਿਸਾਨ ਯੋਜਨਾ ਦੇ ਆਪਣੇ ਹਿੱਸੇ ਦੇ ਪੈਸੇ ਦੀ ਡੀ ਕਰ ਰਹੇ ਹੋ ਤਾਂ ਇਸ ਤੋਂ ਪਹਿਲਾਂ ਤੁਹਾਨੂੰ ਇਸ ਮਹੱਤਵਪੂਰਨ ਕੰਮ ਨੂੰ 31 ਜੁਲਾਈ 2022 ਤੱਕ ਪੂਰਾ ਕਰਨਾ ਚਾਹੀਦਾ ਨਹੀਂ ਤਾਂ ਤੁਹਾਡੇ ਖਾਤੇ ਵਿੱਚ ਪ੍ਰਧਾਨ ਮੰਤਰੀ ਕਿਸਾਨ ਯੋਜਨਾ ਦੇ ਪੈਸੇ ਨਹੀਂ ਆਉਣਗੇ ਤੁਹਾਨੂੰ ਦੱਸ ਦਈਏ ਕਿ ਪ੍ਰਧਾਨ ਮੰਤਰੀ ਕਿਸਾਨ ਯੋਜਨਾ ਦੇ ਤਹਿਤ ਕਿਸਾਨਾਂ ਨੂੰ ਪਹਿਲੀ ਕਿਸ਼ਤ ਦਾ ਪੈਸਾ 1 ਅਪ੍ਰੈਲ ਤੋਂ 31 ਜੁਲਾਈ ਤੱਕ ਮਿਆਦ ਲਈ ਦਿੱਤਾ ਜਾਂਦਾ ਹੈ ਦੇ ਨਾਲ ਹੀ ਦੂਜੀ ਕਿਸ਼ਤ ਦੇ ਪੈਸੇ 1 ਅਗਸਤ ਤੋਂ 30 ਨਵੰਬਰ ਦੇ ਵਿੱਚਕਾਰ ਟਰਾਂਸਫਰ ਕੀਤੇ ਜਾਂਦੇ ਨੇ ਇਸ ਤੋਂ ਇਲਾਵਾ ਤੇਜੀ ਕਿਸਤ ਦੇ ਪੈਸੇ 1.31 ਮਾਰਚ ਦਰਮਿਆਨ ਟਰਾਂਸਫਰ ਕੀਤੇ ਜਾਂਦੇ ਨੇ ਸਵਰ ਪ੍ਰਧਾਨ ਮੰਤਰੀ ਕਿਸਾਨੀ ਨੂੰ ਇਹਨਾਂ ਨੇ 11ਵੇਂ ਕਿਸਤ ਦਾ ਪੈਸਾ 31 ਮਈ 2022 ਨੂੰ ਪੀਐਮ ਮੋਦੀ ਦੁਆਰਾ ਸ਼ਿਮਲਾ ਵਿੱਚ ਟਰਾਂਸਫਰ ਕੀਤਾ ਗਿਆ ਸੀ ਹੁਣ ਇਹ ਜਾਣਕਾਰੀ ਮਿਲ ਰਹੀ ਹੈ ਕਿ 2022 ਦੀ ਦੂਜੀ ਕਿਸਤ ਦੇ ਪੈਸੇ 1 ਸਤੰਬਰ 2022 ਨੂੰ ਕਿਸਾਨਾਂ ਦੇ ਖਾਤੇਵਾਂ ਜਿਹੜੇ ਟਰਾਂਸਫਰ ਕਰ ਦਿੱਤੇ ਜਾਣਗੇ ਜਦੋਂ ਪੰਜਾਬ 'ਚ ਕਿਸ ਦਿਨ ਪਵੇਗਾ ਮੀਂਹ ਦੇ ਇਸ ਹਿੱਸਿਆਂ 'ਚ ਭਾਰੀ ਬਾਰਸ਼ ਦੀ ਚੇਤਾਵਨੀ ਆਉਣ ਵਾਲੇ ਕੁਝ ਦਿਨਾਂ ਵਿੱਚ ਪੰਜਾਬ ਦੇ ਅਤੇ ਰਾਸ਼ਟਰੀ ਰਾਜਧਾਨੀ ਦਿੱਲੀ ਸਮੇਤ ਦੇਸ਼ ਦੇ ਕਈ ਇਲਾਕਿਆਂ ਵਿੱਚ ਬਾਸ਼ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ ਜੀ ਭਾਰਤੀ ਮੌਸਮ ਵਿਭਾਗ ਨੇ ਕਿਹਾ ਕਿ ਅਗਲੇ 5 ਦਿਨਾਂ ਦੌਰਾਨ ਮੱਧ ਭਾਰਤ ਪੱਛਮੀ ਤੱਟ ਤੇ ਉੱਤਰ ਪੱਛਮੀ ਭਾਰਤ ਵਿੱਚ ਸਰਗਰਮ ਮਾਨਸੂਨ ਸਥਿਤੀਆਂ ਕਾਇਮ ਰਹਿਣਗੀਆਂ ਮੌਸਮ ਵਿਭਾਗ ਨੇ ਆਪਣੇ ਤਾਜ਼ਾ ਬਲੇਟਨ ਵਿੱਚ ਅਗਲੇ ਕੁਝ ਦਿਨਾਂ ਦੌਰਾਨ ਗੁਜਰਾਤ ਪੰਜਾਬ ਕੋਕਣ ਕੋਆ ਮੱਧ ਮਹਾਰਾਸ਼ਟਰ ਮਰਾਠਵਾੜਾ ਅਤੇ ਦੱਖਣੀ ਰਾਜਾਂ ਵਿੱਚ ਭਾਰੀ ਮੀਂਹ ਦੀ ਭੁੱਖ ਪਾਣੀ ਕੀਤੀ ਹੈ ਇਸ ਦੇ ਨਾਲ ਹੀ ਮੌਸਮ ਵਿਭਾਗ ਨੇ ਅਗਲੇ 5 ਦਿਨਾਂ ਤੱਕ ਮੱਧ ਪ੍ਰਦੇਸ਼ ਵਿਧਰਾਵ ਛਤੀਸਗੜ੍ਹ ਤੇ ਉੜੀ ਸਭ ਵਿੱਚ ਤੂਫਾਨ ਦੀ ਭੁੱਖ ਬਾਰਿ ਜਿਹੜੀ ਕੀਤੀ ਗਈ ਹੈ ਪੰਜਾਬ ਵਿੱਚ 7 ਤੋਂ 9 ਜੁਲਾਈ ਦੌਰਾਨ ਮੀਂਹ ਦੀ ਜਿਹੜੀ ਸੰਭਾਵਨਾ ਮੌਸਮ ਵਿਭਾਗ ਵੱਲੋਂ ਜਿਤਾਈ ਗਈ ਹੈ ਬੀਬੀ ਆਦਮੀ ਮਾਮਲੇ ਤੇ ਆਇਆ ਵੱਡਾ ਫੈਸਲਾ ਹਦਾ ਨੇ ਤਿੰਨ ਡੇਰਾ ਪ੍ਰੇਮੀਆਂ ਨੂੰ ਦੋਸ਼ੀ ਕਰਾਰ ਦਿੱਤਾ ਅੱਜ ਦੀ ਲਾਸਟ ਖਬਰ ਹੈ ਜੀ ਕਿ ਪੰਜਾਬ ਚ ਵਾਪਰੀਆਂ ਬੇਅਰਬੀ ਦੇ ਮਾਮਲਿਆਂ ਦੀਆਂ ਘਟਨਾਵਾਂ ਤੇ ਮੋਗਾ ਦੀ ਅਦਾਲਤ ਵੱਲੋਂ ਸਭ ਤੋਂ ਪਹਿਲਾਂ ਤੇ ਵੱਡਾ ਫੈਸਲਾ ਆਇਆ ਮੋਗਾ ਵਿਖੇ ਪਿੰਡ ਮਲਕੇ ਵਿੱਚ 2015 ਚ ਵਾਪਰੀ ਬੇਅਰਬੀ ਦੀ ਘਟਨਾ ਦੇ ਮਾਮਲੇ 'ਚ ਅਦਾਲਤ ਨੇ ਤਿੰਨ ਡੇਰਾ ਪ੍ਰੇਮੀਆਂ ਨੂੰ ਦੋਸ਼ੀ ਕਰਾਰ ਦਿੱਤਾ ਜਰਕੇ ਦੋ ਡੇਰਾ ਪ੍ਰੇਮੀਆਂ ਦੀ ਦੋ ਡੇਰਾ ਪ੍ਰੇਮੀਆਂ ਨੂੰ ਬਰੀ ਕਰ ਦਿੱਤਾ ਗਿਆ ਹੈ ਇਥੇ ਦੱਸਣ ਜੋਗੇ ਕਿ ਮੋਗਾ ਦੇ ਪਿੰਡ ਮਾਲਕੇ 'ਚ 2015 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਘਟਨਾ ਵਾਪਰੀ ਸੀ ਆਜਾਏ ਫੈਸਲੇ ਨੂੰ ਲੈ ਕੇ ਕੋਈ ਅਨਸਖਾਂ ਵੀ ਘਟਨਾ ਨਾ ਵਾਪਰ ਜਾਵੇ ਇਸ ਲਈ ਚਾਪੇ-ਚਾਪੇ ਤੇ ਮੋਗਾ ਪੁਲਿਸ ਦੇ ਜਵਾਨਾਂ ਨੂੰ ਤਾਇਨਾਤ ਕੀਤਾ ਗਿਆ ਜਿਸ ਦੇ ਨਾਲ ਹੀ ਬਾਹਰੀ ਜ਼ਿਲ੍ਹਿਆਂ ਤੋਂ ਵੀ ਫੋਰਸ ਮੰਗਵਾਈ ਗਈ ਸੀ ਤਾਂ ਦੋਸਤੋ ਐਸ ਸਿੰਘ ਦੀ ਆਪਣੀ ਅੱਜ ਸਵੇਰ ਦੀਆਂ ਤਾਜ਼ਾ ਤਰੀਨ ਵੱਡੀਆਂ ਖਬਰਾਂ ਦੋਸਤੋ ਜੇ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਹੈ ਤਾਂ ਆਪਣੀ ਇਸ ਜਾਣਕਾਰੀ ਨੂੰ ਵਾਦ-ਵਦ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਤੇ ਦੋਸਤੋ ਅਸੀਂ ਮਿਲਦੇ ਹਾਂ ਜੇ ਅਗਲੇ ਦਿਨ ਦੀਆਂ ਨਵੀਆਂ ਤੇ ਹੋਰ ਤਾਜ਼ਾ ਖਬਰਾਂ ਨਾਲ ਹੁੰਦੇ ਲਈ ਇਨਾਈ ਧੰਨਵਾਦ ਸਤਿ ਸ਼੍ਰੀ ਅਕਾਲ